लो जी सरपंची वाली सीरीज दे विच तरन सिंह तन्ना मेरे कोल बैठा सी, गल्लां बातां मारदे सरपंची दीआं। ते मैं तां कहिंदा जल्दी टाइम आवे वोटां पैण। तन्ने तुसीं क्या कर रहे तुम? मैं कहिंदा वोटां ते अगले दिन है शाम दे नूं लोकां कहिणा ओह साडे बदल गए, ओह बदल गए ना, ओह बदल गए। जे कदे ओहदी वोट पैण दी ना फिर गल बण गई, फिर गल बण गई। ਯਾਰ ਮੈਂ ਉਹਦੇ ਕੋਲ ਗਿਆ ਵੀ ਤਾਂ ਉਹ ਕਰ ਵੀ ਹਾਂ ਕਰਦੇ ਤੇ ਉਹ ਵੀ ਕਰਦੇ ਤੇ ਮੈਂ ਤਾਂ ਕਾਊਂਟਿੰਗ ਕਰੀ ਬੈਠਾ ਤਾ ਵੀ ਜੇ ਹੁਣ 1000 ਵੋਟ ਹੈ, 1000 ਵੋਟ 'ਚ ਮੈਂ 800 ਵੋਟ ਤਾਂ ਲਾਈ ਬੈਠਾ ਤਾ, ਹਾਲੇ ਨਿਕਲੀ 250 ਹੀ। ਇਹ ਕਿਆ ਬਣ ਗਿਆ ਫਿਰ? ਇੱਦਾਂ ਗੱਲਾਂ ਹੋਣੀ ਹੈ? ਮੈਨੂੰ ਪਹਿਲਾਂ ਕਿਸੇ ਨੇ ਕਿਹਾ ਵੀ ਤਾ ਵੀ ਸਾਡੇ ਖਾਈ ਨਾ ਥੋੜਾ ਜਿਹਾ ਨਾ ਵੋਟ ਉੱਧਰ ਪਾ ਦੇਣੀ। ਹਾਂ ਉਹੀ ਗੱਲ ਹੋਈ, ਉਹੀ ਗੱਲ ਹੋਈ। ਮੂੰਹ ਪਰ ਕੁਛ ਤੇ ਬਾਈ ਖਾਈ ਵੀ ਇੱਧਰ ਗਏ, ਐਂਡ ਵਾਲੇ ਦਿਨ ਸਾਡੇ ਉੱਧਰ ਵੋਟ ਪਾਇਆ। ਇਹ ਸਭ ਤੋਂ ਵਧੀਆ ਸਿਸਟਮ ਹੈ ਜਿਹੜਾ ਲੋਕੇ ਵੋਟ ਪੈਂਦੇ, ਜੇ ਕਿਤੇ ਸ਼ਰਿਆਂ ਸਾਹਮਣੇ ਪੈਂਦੀ ਹੁੰਦੀ ਨਾ ਉੱਥੇ ਡਾਂਗ ਬੜੇਦੇ। ਬਟਨ ਸਿਰ ਪਹਿਲਾਂ ਚੱਲ ਪੈਦਾ ਇੱਕ ਵਾਰੀ ਦੀ ਕੰਮ ਵੋਟ ਪਾਉਣੀ ਨੀ, ਪਰਚੀ ਤੋਂ ਮੋਹਰ ਲੈ ਕੇ ਬੰਦਾ ਬਾਹਰ ਲੈ ਜਾਂਦਾ, ਅਰੇ ਬਾਈ ਤੈਨੂੰ ਵੋਟ ਪਾਈ, ਤੈਨੂੰ ਇੱਕ ਬੰਦਾ ਜਾਂਦਾ ਤਾਂ ਇਕੱਠੀਆਂ ਵੋਟਾਂ ਵਿੱਚ ਪਾ ਜਾਂਦਾ, ਇੱਦਾਂ ਚੱਲ ਪਿਆ। ਪਰਚੀ ਦੇ ਦਿੰਦੇ ਵੀ ਚੌਥ ਪਰਚੀ ਦੇ ਦਿੰਦੇ ਨੇ, ਉਹਦੇ ਮੋਹਰ ਲਾਉਣੀ ਅਤੇ ਪਰਚੀ ਵਿੱਚ ਪਾ ਦੇਣੀ। ਬੰਦੇ ਨੇ ਵਿੱਚ ਨਹੀਂ ਪਾਉਣੀ, ਲੁਕੋ ਕੇ ਪਾਉਂਦੇ ਉਹਦੇ ਵਿੱਚ, ਉਹ ਜੇ ਪਾ ਦੇਣੀ ਆਪਣੀ ਬਾਹਰ ਆ ਜਾਣੀ, ਆਉਂਦੇ ਪਏ ਆ ਗਈ ਜਿੱਥੇ ਮਰਜ਼ੀ ਮੋਹਰ ਲਾ ਲਓ। ਅੱਛਾ, ਐਂ ਕੰਮ ਚੱਲ ਪਿਆ। ਅਤੇ ਜਿਹੜਾ ਇੰਡ ਵਾਲਾ ਬਾਅਦ ਦੂਏ ਵਾਲਾ ਹੋਊਗਾ ਦੇ ਦੇਣੀ ਸਾਰੀ ਸਾਰੀ ਲਾਇਆ। ਇੱਦਾਂ ਵੀ ਚੱਲਿਆ ਜਾਏਗਾ ਫਿਰ ਹੌਲੀ ਹੌਲੀ। ਫਿਰ ਇਹ ਸਕੀਮ ਹੁਣ ਜਿਹੜਾ ਬਟਨ ਵਾਲੀ ਮਸ਼ੀਨ ਕਿਤੇ ਚੱਕ ਕੇ ਲੈ ਕੇ ਜਾਓ ਇੱਡੀ ਵਾਰੀ। ਅਸਲ 'ਚ ਅਸੀਂ ਵੀ ਘੁੰਮੇ ਹਾਂ, ਨੇਤਰ ਬਾਈ ਸਾਡਾ ਸਰਪੰਚ ਖੜਾ, ਅਸੀਂ ਵੀ ਘੁੰਮੇ ਹਾਂ ਹੋਰ। ਅਸੀਂ ਨਿਕਲਦੇ ਹਾਂ ਦੂਜਾ ਵੜਦੇ ਹਾਂ, ਦੂਜਾ ਨਿਕਲਦਾ ਤੀਜਾ ਬਣਿਆ ਚੌਥਾ, ਇੱਦਾਂ ਰੋਟੇਟ। ਹੁਣ ਕਈ ਪਰਿਵਾਰ ਇੱਦਾਂ ਦੇ ਵਿੱਚ ਤੰਨੇ ਮੈਂ ਦੇਖੇ ਆ, ਉਹ ਕਹਿੰਦੇ ਬਾਈ ਸਾਡੇ ਤਿੰਨ ਵੋਟਾਂ, ਇੱਕ ਬਾਈ ਉਹਨੂੰ ਪਾ ਦੇਣੀ, ਇੱਕ ਉਹਨੂੰ ਪਾ ਦੇਣੀ, ਇੱਕ ਉਹਨੂੰ ਪਾ ਦੇਣੀ, ਕਹਿੰਦੇ ਸਾਨੂੰ ਸਾਰੇ ਇੱਕ ਬਰਾਬਰ। ਠੀਕ ਹੈ, ਅਤੇ ਮੈਂ ਵੀ ਯਾਰ ਸੋਚਦਾ ਯਾਰ ਜੀ ਹੁਣ ਮੈਂ ਇੱਕ ਨੌਨ ਬੰਦਾ ਹੁੰਦਾ, ਮੇਰੇ ਘਰਾਂ ਹੁਣ ਹੱਥ ਬੰਨ ਬੰਨ ਕੇ ਆਈ ਹੋ ਜਾਣਾ ਕਿਆ ਕਰੇ ਬੰਦਾ, ਤੰਗ ਤਾਂ ਆਏ ਜਾਂਦੇ ਕਿਵੇਂ। ਹੁਣ ਉਹ ਦੇਖੋ ਪਤਾ ਨੂੰ ਕਿਹੜੀ ਹਾਲਾਤ ਵਿੱਚ ਆਉਣਾ ਅਗਲਾ। ਠੀਕ ਹੈ, ਅਗਲਾ ਰੋਟੀ ਖਾ ਰਿਹਾ, ਅਗਲਾ ਕੱਛੇ ਵਿੱਚ ਹੈ, ਜਾ ਕੇ ਉਹਨੇ ਘਰ 'ਚ ਤਾਂ ਬੰਦਾ ਪ੍ਰਾਈਵੇਸੀ ਜਿੱਦਾਂ ਮਰਜ਼ੀ ਘੁੰਮੇ, ਚਲੋ ਭਾਈ ਨਿਪਟ ਜਾਣਾ ਕੰਮ। ਹਰੇਕ ਨੇ ਆਪਣੀ ਆਪਣੀ ਆਸ ਲਾਈ ਹੁੰਦੀ ਭਾਈ, ਰੱਬ ਹਰੇਕ ਦੀ ਸੁਣੇ। ਠੀਕ ਹੈ, ਅਸੀਂ ਆਪਣਾ ਵੀ ਜ਼ੋਰ ਲਾਇਆ ਹੋਇਆ, ਆਪਣੇ ਲੈਵਲ ਪਰ ਲਾਇਆ ਹੋਇਆ, ਉਹ ਜਿਹੜੀਆਂ ਪ੍ਰਾਈਵੇਟ ਚੀਜ਼ਾਂ ਅਸੀਂ ਨਹੀਂ ਦਿਖਾ ਸਕਦੇ। ਕੱਲ੍ਹ ਮਾਸੀ ਦੇ ਪਿੰਡ ਵੀ ਗਿਆ ਸੀ ਮੈਂ, ਉੱਥੇ ਮਰਤਮ ਮਾਸੀ ਕਹਿੰਦੀ ਵੀਡੀਓ ਬਣਾ ਕੇ ਪਾ ਨੈਟ ਨੂੰ, ਮੈਂ ਕਿਹਾ ਨਾ ਹੀ ਮਾਸੀ ਪਿੰਡ ਦਾ ਮਾਸਲਾ ਵੀ ਕੋਈ ਚਿਹਰੇ ਇੱਦਾਂ ਦੇ ਹੁੰਦੇ ਜਿਹੜੇ ਸਾਹਮਣੇ ਨਹੀਂ ਆਉਣਾ ਚਾਹੁੰਦੇ, ਮੈਂ ਸਭ ਦੀ ਪਾ ਦੇ ਮੇਰੇ ਔਖੇ, ਮੈਂ ਪਾਈ ਥੋੜ੍ਹੀ ਜਿਹੀ ਵੀਡੀਓ ਬਲਰ ਕਰਤੇ ਸਾਰੇ ਚਿਹਰੇ। ਹੋਰ ਤਾਂ ਹੋਰ, ਅਸੀਂ ਹੁਣ ਕਿਹੜੇ ਬੰਦੇ ਨੂੰ ਸਮਝਾਈਏ ਬਾਈ, ਸਾਡਾ ਘਰ ਦੀ ਬੰਦਾ ਮਿਹਰਬੰਦੀ ਬਦਲੀ ਬੈਠਾ, ਕਿਹੜਾ ਤੂੰ ਕਿਹੜਾ ਬੰਦਾ, ਤੈਨੂੰ ਪਤਾ ਹੀ ਆ ਘਰ ਦਾ ਬੰਦਾ ਕਿਹੜਾ, ਗੁੱਜਰ ਬਾਈ ਪਰਸੋਂ ਦੀ ਫਰਾਰ ਹੈ, ਆਈ ਨਹੀਂ ਰਿਹਾ, ਆਜੂਗਾ ਅੱਜ ਸ਼ਾਮ ਨੂੰ ਆਜੂਗਾ, ਮੈਨੂੰ ਲੱਗਦਾ ਵੀ ਅੱਜ ਵੀ ਨਹੀਂ ਆਉਂਦਾ ਹੈਗਾ, ਕੱਲ ਸ਼ਾਮ ਨੂੰ ਆਊਗਾ, ਜਦ ਦੇਖੇ ਹੁਣ ਤਾਂ ਕੋਈ ਗੇੜਾ ਮਾਰਦਾ ਨਹੀਂ ਹੈਗਾ, ਹੁਣ ਤਾਂ ਕਿਸੇ ਨੇ ਪੁੱਛਣਾ ਨਹੀਂ, ਚੱਲੀਏ ਹੁਣ, ਚੱਲੀਏ ਉੱਥੇ ਹੀ ਚੱਲਦੇ ਹਾਂ, ਉੱਥੇ ਸ਼ਾਮ ਨੂੰ ਮਿਲਦਾ ਜਾਂਦੀ ਹੈ। ਕੱਲ੍ਹ ਬਾਈ ਮੈਂ ਜਦੋਂ ਇੱਕ ਗੇੜਾ ਜਿਹਾ ਲਾਇਆ ਬਾਹਰ ਬੈਠਾ, ਉਹ ਬਾਈ ਇੱਕ ਤਾਂ ਉਹਦਾ ਬੇਸ ਬਹੁਤ ਉੱਚਾ, ਉੱਚੀ ਉੱਚੀ ਲੱਗ ਗਿਆ ਬੋਲਣ ਉੱਚੀ, ਮੈਂ ਸਾਰਾ ਵਿਹੜਾ ਬਾਈ ਬਾਹਰ ਦੇਖਣ ਵੀ ਕਿਆ ਗੱਲ ਹੋ ਗਈ ਇਹ ਗੁੱਜਰ ਨੂੰ। ਉਹ ਮੈਂ ਗੁੱਜਰ ਬਾਈ ਚੰਗਾ ਨਹੀਂ ਲੱਗਦਾ ਹੈਗਾ, ਚੰਗਾ ਨਹੀਂ ਲੱਗਦਾ ਹੈਗਾ ਯਾਰ। ਠੀਕ ਹੈ ਤੂੰ ਕਹਿੰਦਾ ਉੱਚੀ ਉੱਚੀ, ਮੈਂ ਬਾਈ ਤੈਨੂੰ ਵੋਟ ਪਾਉਂਦਾ ਟੱਲੀ ਹੋਇਆ ਗਿਆ। ਉਹ ਮੈਂ ਕਿਹਾ ਬਾਈ ਨਾ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ, ਮੈਨੂੰ ਸ਼ਰਮ ਆ ਰਹੀ ਆ। ਮੈਂ ਕਿਹਾ ਤੂੰ ਕੋਈ ਗੱਲ ਨਹੀਂ, ਮੈਂ ਤੈਨੂੰ ਸ਼ਾਮ ਨੂੰ ਲੈ ਜਾਊ, ਮੈਂ ਚੱਲਿਆ ਵੀ ਤਾਂ ਲੈਣਾ, ਫਿਰ ਟੱਲੀ ਹੋਇਆ ਹੋਇਆ ਯਾਰ, ਮੈਂ ਕਿਹਾ ਕਹਿੰਦਾ ਮੈਨੂੰ ਹੋਰ ਬੁਲਾ ਫਿਰ ਮੈਂ ਨਾ, ਫਿਰ ਇੱਥੇ ਰਾਤ ਭਈਆ ਭੇਜ ਦਿੱਤਾ ਵਾ ਜਿਹੜਾ ਦਿਲਸ਼ਾਨ, ਇੱਥੇ ਰਾਤ ਉਹ ਪੈ ਗਿਆ ਤਾ ਅੱਜ ਹੀ ਪੈ ਜਾਊਗਾ। ਇੱਕ ਬੰਦਾ ਹੋਰ ਕਹਿ ਰਿਹਾ ਹੁਣ ਇੱਥੇ ਯਾਰ, ਉਹ ਦੇਖਦਾ ਯਾਰ ਬੰਦਾ, ਕਹਿੰਦਾ ਬੰਦਾ ਠੀਕ ਹੈ ਵਿਚਾਰਾ, ਉਹਦੀ ਕਹਿੰਦਾ ਵੀਡੀਓ ਵੀਡੀਓ ਬਣਾ ਕੇ ਬਹੁਤ ਦਿਮਾਗੀ ਤੌਰ ਥੋੜ੍ਹਾ ਅਪਸੈਟ ਜਿਹਾ ਹੋਇਆ ਹੋਇਆ। ਚਲੋ ਦੇਖਦੇ ਹਾਂ ਜੇ ਆ ਜਾਵੇ, ਜੇ ਭਾਈ ਕਿਸੇ ਦਾ ਉਹ ਕਹਿੰਦਾ ਵੀਡੀਓ ਬਣਾ ਭਾਈ ਕਿਸੇ ਦਾ ਯਾਰ ਫੈਮਿਲੀ ਮੈਂਬਰ ਕਿਸੇ ਨੂੰ ਮਿਲ ਜਾਵੇ, ਹੈ ਤੇਰੇ ਥਰੂ ਮਿਲ ਸਕਦਾ ਨੈਟ ਪਰ ਤੇਰੀ ਵੀਡੀਓ ਵਾਇਰਲ ਹੋਣੀ ਹੈ, ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਕੋਈ ਦਿਮਾਗ ਬਾਰੇ ਕੋਈ ਡੂੰਘੀ ਸੱਟ ਜਿਹੀ ਵੱਜੀ, ਮੇਰਾ ਦਿਮਾਗ ਦਾ ਐਪਸਾਈਡ ਜਿਹਾ ਹੋਇਆ ਵੀ ਕੋਈ ਉਹਦਾ ਘਰ ਦਾ ਕੋਈ ਦੇਖ ਜਾਵੇ ਲੈ ਜਾਵੇ। ਚਲ ਕੋਈ ਨਹੀਂ ਬਾਈ ਜੇ ਤੂੰ ਕਹਿੰਦਾ ਕਰ ਲੈਂਦੇ ਹਾਂ। ਹੋਰ ਭਾਈ ਕਿੱਦਾਂ ਚੱਲਦਾ ਤੁਹਾਡੇ ਕਹਿੰਦੇ ਵੋਟਾਂ ਦਾ ਜ਼ੋਰ? ਸਾਡੇ ਕਹਿੰਦੇ ਭਾਈ ਹੁਣ ਪੂਰਾ ਜ਼ੋਰ ਲੱਗਿਆ ਹੋਇਆ ਅਤੇ ਸਰਪੰਚੀ ਦਾ ਪੂਰਾ ਗਾਹ ਪਾਇਆ ਹੋਇਆ।
ਇਹ ਗੱਲਾਂ ਮੈਂ ਨਹੀਂ ਪਾ ਸਕਦਾ ਨੈੱਟ ਪਰ, ਦਿਲ ਤਾਂ ਕਰਦਾ ਗੱਲਾਂ ਬੋਲਾਂ ਉਹ ਪਰ ਨਹੀਂ ਪਾ ਸਕਦਾ ਹੈਗਾ। ਪਿੰਡ ਦਾ ਮਸਲਾ, ਦੂਜੇ ਪਿੰਡ ਦਾ ਮਸਲਾ, ਤੀਜੇ ਪਿੰਡ ਦਾ ਮਸਲਾ ਮੈਂ ਨਹੀਂ ਪਾ ਸਕਦਾ ਜੀ। ਬਸ ਤੁਸੀਂ ਸਮਝ ਲਿਓ ਬਾਈ, ਦੋਗਲੇ ਬੰਦਿਆਂ ਦਾ ਐਂ ਆ ਗਿਆ ਮੇਰੇ ਨਾਲ, ਉਹ ਆ ਗਿਆ ਤੇਰੇ ਨਾਲ, ਇਕੱਲੇ ਨਿਬੇੜਦੇ ਭਾਈ ਯਾਰ। ਚੱਲ ਠੀਕ ਆ ਯਾਰ, ਪਤਾ ਹੁਣ ਮੈਂ ਤਾਂ ਕਿਹਾ ਵੀ ਜਲਦੀ ਨਿਬੜਿਆ ਹੋਈ ਪਿੰਡ 'ਚ ਏਕਤਾ ਜੀ ਹੋ ਗਈ ਆ। ਇਹਦਾ ਕਿਆ ਪੋਲਸੀ ਗੌਰਮੈਂਟ ਦੀ ਯਾਰ, ਕਿੰਨੀਆਂ ਲੜਾਈਆਂ ਹੋ ਰਹੀਆਂ ਕੰਮ 'ਚ, ਕਿਸੇ ਨੇ ਕੂਕਾਂ ਮਾਰ ਦੇਣੇ, ਕਿਸੇ ਨੇ ਕਿਆ ਕਰ ਦੇਣਾ। ਮੈਂ ਕੱਲ੍ਹ ਵਾਲੀ ਵੀਡੀਓ 'ਚ ਵੀ ਕਿਹਾ ਤਾ, ਠੀਕ ਆ ਵੀ ਜੇ ਭਾਈ ਜਿੱਤ ਗਏ, ਮੈਂ ਤਾਂ ਜੇ ਤੂੰ ਜਿੱਤ ਗਿਆ ਤਾਂ ਜਿੱਤ ਨੂੰ ਸਿਰ 'ਚ ਨਾ ਬਿਠਾ ਲਈ, ਬੱਲੇ ਬੱਲੇ। ਜੇ ਹਾਰ ਗਿਆ ਚਲੋ ਹਾਰ ਵੀ ਹੋ ਸਕਦੀ ਆ, ਉਹਨੂੰ ਦਿਲ ਨਾਲ ਲਾ ਲਈ। ਇਹ ਦੋ ਚੀਜ਼ਾਂ, ਇਹ ਗੱਲ ਦੀ ਗੌਰ ਕਰਿਓ। ਤਾਂ ਕਹਿ ਰਿਹਾ ਬਾਈ ਇਹਨੂੰ ਜਿੱਤ ਨੂੰ ਕਿਤੇ ਉਹਦੇ ਵਿੱਚ ਬੱਲੇ ਬੱਲੇ, ਮੈਂ ਤਾਂ ਮੈਂ ਹੀ ਜਿੱਤਣਾ, ਬੱਲੇ ਬੱਲੇ ਹੋ ਗਈ, ਠੀਕ ਆ। ਇਹਨੂੰ ਮੈਂ ਦਿਮਾਗ 'ਤੇ ਸਿਰ 'ਤੇ ਨਾ ਚੜ੍ਹਾ ਲਈ ਵੀ ਸਰਪੰਚ ਬਣ ਗਿਆ, ਸਰਪੰਚ ਬਣ ਗਿਆ। ਇਹ ਰੱਖਿਓ ਭਾਈ ਭਾਈ ਦੂਜੇ ਬੰਦੇ ਕੋਲ ਜਾ ਕੇ ਵੀ, ਸਮਝਿਆ, ਜਿਹੜਾ ਬੰਦਾ ਹਾਰਿਆ ਵੀ, ਠੀਕ ਹੈ। ਠੀਕ ਹੈ ਬਾਈ, ਅਗਲੀ ਵਾਰ ਫਿਰ ਖੜ੍ਹ ਜਾਈ, ਰੱਬ ਸ਼ਾਇਦ ਤੇਰੀ ਬੂਟ ਪੈ ਜਾਵੇ, ਠੀਕ ਹੈ। ਹੁਣ ਆਪਾਂ ਨੇ ਮਿਲ ਕੇ ਕੰਮ ਕਰਨਾ ਪਿੰਡ ਦਾ, ਸਾਰੇ ਪਿੰਡ ਦੇ ਸਾਰੇ ਪਿੰਡ ਨੂੰ ਬੁਲਾਵੇ, ਸੱਤ ਇਕੱਠੀ ਕਰੇ, ਠੀਕ ਹੈ। ਦੇਖੋ ਜੀ ਇਹ ਸਾਰਾ ਕੰਮ ਹੋ ਲਿਆ, ਬੂਟਾ ਪਹਿਲੇ ਸਭ ਨੇ ਜ਼ੋਰ ਲਾਇਆ ਭਾਈ, ਅਤੇ ਪਿੰਡ ਵਾਲਾ ਮੈਨੂੰ ਭਾਈ ਪਸੰਦ ਕੀਤਾ, ਮੈਂ ਹੁਣ ਸਾਰਾ ਨਾ ਕਰੂੰਗਾ, ਠੀਕ ਹੈ। ਆਹ ਬੰਦੇ ਜਿਹੜੇ ਭਾਈ, ਉਹ ਵੀ ਬੰਦੇ ਬੁਲਾਏ ਜਾ, ਉਹਦੇ ਘਰ ਮਿਹਨਤੀ ਆਹ ਭਾਈ ਬੈਠੋ ਵੀ ਆਪਾਂ ਨੇ ਗ੍ਰਾਮ ਸਭਾ ਰੱਖੇ ਕਰਨੀ ਧੀਏ ਚੌਥੇ ਮਹੀਨੇ, ਵੀ ਪਿੰਡ ਦਾ ਜੋ ਲੇਖਾ ਜੋਖਾ ਉਹਨਾਂ ਦਿਨਾਂ ਦਾ ਵੀ ਕਿਆ ਕੰਮ ਹੋਇਆ, ਠੀਕ ਨੇ। ਸਾਰਾ ਹੋ ਗਿਆ ਹਿਸਾਬ, ਤਾਂ ਇਹ ਨਹੀਂ ਯਾਰ ਵੀ ਬਣ ਗਿਆ ਬੱਲੇ ਬੱਲੇ ਹੋ ਗਈ। ਫਿਰ ਆ ਵੀ ਕੰਮ ਇੱਦਾਂ ਦੇ ਕਰ ਦੇਵੇ ਨਾ ਪਿੰਡ ਵਾਸਤੇ, ਪਿੰਡ ਵਾਲਾ ਆਪ ਕਹਿਣ ਹਾਂ ਵੀ ਅਗਲੀ ਵਾਰ ਤੈਨੂੰ ਇਹ ਬਣਾਵਾਂ। ਬੰਦਾ ਨਾ ਬੋਲੇ ਵੀ ਮੈਂ ਆਹ ਕਰਿਆ, ਮੈਂ ਉਹ ਕਰਿਆ, ਬੰਦੇ ਦੇ ਕੰਮ ਬੋਲਣ, ਆਹ ਦੇਖ ਭਾਈ ਮੈਂ ਕੰਮ ਕਰੇ, ਕੰਮ ਬੋਲਣੇ ਚਾਹੀਦੇ। ਬਾਕੀ ਕੱਲ੍ਹ ਨੂੰ ਇਸ ਟਾਈਮ ਨੂੰ ਬਾਈ ਕਿਆ ਮਾਹੌਲ ਹੋਇਆ ਹੁਣ ਇੱਥੇ, ਮੇਰੇ ਵੀ ਅੱਜ ਲੈਂਟਰ ਤੱਕ ਨਿਬੜ ਜਾਣਾ, ਚੱਲਦੇ ਆਪਾਂ, ਮੇਰਾ 27-28 ਤਰੀਕ ਤੱਕ ਲੈਂਟਰ ਪੈ ਜਾਣਾ, ਅਤੇ ਦੋ ਰਾਤਾਂ ਕਿਤੇ ਲਾ ਕੇ ਆਉਂਦੇ, ਬਾਹਰ ਘੁੰਮ ਕੇ ਆਉਂਦੇ, ਥੱਕ ਗਏ ਯਾਰ। ਦਿਮਾਗ ਵਰਗ ਬਹੁਤ ਜ਼ਿਆਦਾ ਬਣਦਾ ਜਾਈ ਜਾ ਰਿਹਾ ਇਸ ਚੀਜ਼ ਦਾ ਯਾਰ, ਹੁਣ ਮਿਸਤਰੀਆਂ ਦਾ ਵੀ ਨਹੀਂ ਪਤਾ ਵੱਜ ਆਉਣਗੇ ਨਹੀਂ ਆਉਣਗੇ, ਬੋਟਾਂ ਨਹੀਂ ਯਾਰ, ਫਿਰ ਰਾਤ ਦੇ ਟੈਟੂ ਹੋਏ ਪਏ ਹੋਣੇ, ਭੋਲਾ ਪੰਛੀ, ਖਾਣ ਪੀਣ ਦੇ ਸਾਰੇ ਸ਼ੌਕੀਨ ਹੈ। ਉਹ ਘਰ ਜਾ ਕੇ ਦੇਖ ਦੇਖ ਕੈਮਰੇ 'ਚ ਦੇਖਦਾ ਵੀ ਆਏ ਕਿ ਨਹੀਂ ਆਏ। ਗੁੱਜਰ ਬਾਈ ਨੇ ਹੁਣ ਮੇਰਾ ਥੋੜ੍ਹਾ ਜਿਹਾ ਨੁਕਸਾਨ ਕਰ ਦੇਣਾ, ਅਤੇ ਇੱਥੇ ਰੱਖਤੀ ਇੱਧਰ ਰੱਖਤੀ ਤੀ ਮੈਂ ਸਬਜ਼ੀਆਂ, ਸਬਜ਼ੀ ਉਹਦੀਆਂ ਲਾਈਆਂ ਉਹ ਖਰਾਬ ਹੋ ਚੱਲੀਆਂ, ਉੱਧਰ ਲੱਗਣੀ ਤਾਂ ਇੱਧਰ ਲੱਗਣੀਆਂ ਤੀਆਂ, ਛੱਡ ਕੇ ਲੰਘ ਗਿਆ ਹੁਣ ਇੱਥੇ। ਸਾਗ ਆਪਣਾ ਹੋ ਚੱਲਿਆ ਐਨ ਵਧੀਆ ਸਾਰਾ ਕੁਛ, ਭਿੰਡੀਆਂ ਹੋ ਗਈਆਂ, ਦੋ ਤਿੰਨ ਸਬਜ਼ੀ ਬਣ ਸਕਦੀ ਦਿਖੜ ਜਾ, ਮੈਂ ਤੋੜੇ ਲਵਾਂ ਯਾਰ, ਪੱਕੜ ਹੋ ਜਾਣੀ ਹੈ, ਇੱਕ ਡੰਗ ਦੀ ਸਬਜ਼ੀ ਬਣ ਸਕਦੀ ਹੈ। ਟੁੱਟ ਜਾ ਭਿੰਡੀ, ਦੋ ਪਿਆਜ਼ ਪਾ ਕੇ ਵਿੱਚ, ਠੀਕ ਹੈ, ਅਤੇ ਆਪਣੀ ਪਤਲੀ ਪਤਲੀ ਜਿਹੀ ਸਬਜ਼ੀ ਬਣ ਜਾਣੀ, ਠੀਕ ਨਹੀਂ। ਆਹ ਪਤਾ ਨਹੀਂ ਕਿਹੜਾ ਵਿੱਚੇ ਵਿੱਚ ਵਿੱਚੇ ਵਿੱਚ ਘੁੰਮਦਾ ਇਹ, ਮਿੱਟੀ ਪੜਦਾ 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 ਅੱਗੇ 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 ਹੈਂ। ਤੂੰ ਕਿਆ ਕਰਨੇ ਤੇ ਹੁਣ, ਹੁਣ ਭਿੰਡੀ ਇੰਨੀ ਸਵਾਦ ਵੀ ਨਹੀਂ ਲੱਗਦੀ ਹੈਗੀ, ਮੌਸਮ ਚੇਂਜ ਹੁੰਦਾ ਜਾਂਦਾ ਨਾ, ਥੋੜ੍ਹੀ ਉਤਰੀ ਭਿੰਡੀ ਤਾਂ, ਬੋੜੀ ਉਤਰੀ ਭਿੰਡੀ ਤਾਂ, ਲੈ ਦੂਏ ਤੀਏ ਦਿਨ ਸਬਜ਼ੀ ਬਣਦੀ ਤੀ ਭਿੰਡੀ ਜਾਂਦੀ, ਥੋੜ੍ਹਾ ਕੱਦੂ ਉਤਰਿਆ। ਗੁੱਜਰ ਬਾਈ ਕਹਿੰਦਾ ਮੇਰੀ ਅੱਖਾਂ ਸਜਾਤੀਆਂ, ਕੱਦੂ ਖੜਾ ਖੜਾ ਕੇ, ਤਾਂ ਧਰ ਲਓ ਕੱਦੂ, ਧਰ ਲਓ ਕੀ ਆ, ਧਰ ਲਓ ਕੱਦੂ, ਧਰ ਲਓ ਕੀ ਆ। ਅਤੇ ਭਾਈ ਲਾਈਵ ਆਪਣਾ ਬੰਦ ਕਰਦੇ ਹਾਂ, ਆਪਣੀ ਮੱਤ ਨਾਲ ਦਾਨ ਕਰਿਓ ਬਾਈ, ਇਹ ਨਹੀਂ ਵੀ ਮੈਨੂੰ ਉਹ ਬੰਦੇ ਨੇ ਖਿਲਾ ਦਿੱਤਾ, ਮੈਨੂੰ ਬੰਦੇ ਨੇ ਆਹ ਚੀਜ਼ ਦੇ ਦਿੱਤੀ, ਉਹਨੂੰ ਬੰਦੇ ਨੇ ਇਹ ਦੇ ਦਿੱਤੀ, ਆਸਾਨ ਨਾ ਮੰਨਿਓ, ਬਟਨ ਤੁਹਾਡੇ ਹੱਥ ਵਿੱਚ ਆ, ਜਿਹੜਾ ਬੰਦਾ ਪਿੰਡ ਦਾ ਕੁਛ ਕਰ ਸਕਦਾ, ਠੀਕ ਹੈ, ਉਹ ਬੰਦੇ ਨੂੰ ਵੋਟ ਪਾਇਓ, ਮੇਰੀ ਤਾਂ ਇਹੀ ਸਾਰਿਆਂ ਨੂੰ ਅਪੀਲ ਹੈ। ਅਤੇ ਆਪਣੇ ਦਿਮਾਗ ਦੇ ਨਾਲ ਚੱਲਿਓ ਮੇਰਾ ਵੀਰ, ਦਿਮਾਗ ਦੇ ਨਾਲ ਵੀ ਆਹ ਬੰਦਾ ਕਰ ਸਕਦਾ, ਇਹ ਨਾ ਬਹਿਕ ਨਾ ਜਾਇਓ, ਅੰਦਰ ਜਾ ਕੇ ਤੁਸੀਂ ਬਟਨ ਦੱਬਣਾ, ਬਟਨ ਉਹ ਦੱਬਿਓ ਵੀ ਹਾਂ ਭਾਈ ਪਿੰਡ ਦਾ ਭਲਾ ਕਰ ਸਕਦਾ ਇਹ,
ਇਹਦੇ ਕੋਲ ਗੜ ਹੈਗਾ। ਠੀਕ ਹੈ ਜੀ, ਧੰਨਵਾਦ ਜੀ।